ਸਵਾਗਤ ਹੈ ਤੁਹਾਡਾ ਸਭ ਦਾ ਆਪਣੇ ਚੈਨਲ ਸਟੱਡੀ ਔਨਲਾਈਨ 'ਤੇ। ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਹੈ ਜੀ, ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਕਰ ਦਿਉ ਸ਼ੇਅਰ ਤਾਂ ਕਿ ਸਾਰੇ ਅੱਜ ਦੀ ਪੰਜਾਬੀ ਦੀ ਲਾਈਵ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਜੀ, ਪੰਜਾਬੀ ਮਾਸਟਰ ਕੈਡਰ ਦਾ ਪੇਪਰ 2017 ਵਾਲਾ ਜੀ। ਸੋ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਸ਼ੇਅਰ ਕਰੋ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ। ਚਲੋ ਜੀ ਅੱਗੇ ਵੱਧਦੇ ਹਾਂ ਜੀ ਪ੍ਰਸ਼ਨ ਨੰਬਰ 1 ਦੇ ਵੱਲ। ਆਈ ਹੋਪ ਕਿ ਸਭ ਕੁਝ ਠੀਕ ਚੱਲ ਰਿਹਾ ਹੋਣਾ। ਪ੍ਰਸ਼ਨ ਨੰਬਰ 1 ਦੇ ਵੱਲ ਵੱਧਦੇ ਹਾਂ ਅਤੇ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰਾਂ ਦੀ ਗਿਣਤੀ ਕਿੰਨੀ ਹੈ ਜੀ? ਆਪਸ਼ਨ ਏ 31, ਬੀ 22, ਸੀ 21 ਅਤੇ ਡੀ 51। ਪ੍ਰਸ਼ਨ ਨੰਬਰ 1 ਦੇ ਲਈ ਆਂਸਰ ਕਰੋ। ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਜੀ, ਸਭ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਸਭ ਦਾ। ਜਲਦੀ ਤੋਂ ਜਲਦੀ ਜੁਆਇਨ ਕਰੋ ਸਾਰੇ, ਲਿੰਕ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਕਰੋ ਜੀ ਪ੍ਰਸ਼ਨ ਨੰਬਰ 1 ਦੇ ਲਈ ਆਂਸਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰਾਂ ਦੀ ਗਿਣਤੀ। ਹਾਂਜੀ, ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਜੀ ਆਪਸ਼ਨ ਬੀ 22, ਬਿਲਕੁਲ ਸਹੀ ਉੱਤਰ ਹੈ ਜੀ। ਕੁਐਸਚਨ ਨੰਬਰ 2 ਦੇ ਵੱਲ ਵੱਧਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਇਆ, ਆਪਸ਼ਨ ਏ 1604 ਵਿੱਚ, ਬੀ 1598 ਵਿੱਚ, ਸੀ 1469 ਈਸਵੀ ਵਿੱਚ ਅਤੇ ਡੀ 1699 ਈਸਵੀ ਵਿੱਚ। ਪ੍ਰਸ਼ਨ ਨੰਬਰ 2 ਦੇ ਲਈ ਆਂਸਰ ਕਰੋ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਦੋਂ ਹੋਇਆ? 2 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ, ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ 1604 ਈਸਵੀ, ਬਿਲਕੁਲ ਠੀਕ ਹੈ। ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਹਾਂ ਜੀ, 3 ਨੰਬਰ ਕੁਐਸਚਨ ਹੈ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਰਾਗ ਨਾਲ ਹੁੰਦਾ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਰਾਗ ਨਾਲ ਹੁੰਦਾ ਹੈ? ਆਪਸ਼ਨ ਏ ਗੌੜੀ, ਬੀ ਸ੍ਰੀ ਰਾਗ ਅਤੇ ਡੀ ਸੀ ਹੈ ਧਨਾਸਰੀ, ਡੀ ਵਡਹਾਂਸ। ਗੌੜੀ ਦੀ ਮਾਤਰਾ ਅੱਗੇ ਪਿੱਛੇ ਪੈ ਗਈ। ਹਾਂਜੀ, ਪ੍ਰਸ਼ਨ ਨੰਬਰ 3 ਦੇ ਲਈ ਆਂਸਰ ਕਰਿਆ ਜਾਵੇ ਜੀ। ਨਮਸਕਾਰ, ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਕਰੋ ਜੀ 3 ਨੰਬਰ ਦੇ ਲਈ ਆਂਸਰ, ਬਿਲਕੁਲ ਠੀਕ ਆ। ਜਿਹੜੇ ਵੀ ਆਂਸਰ ਕਰ ਰਹੇ ਨੇ, ਸ੍ਰੀ ਰਾਗ ਦੇ ਨਾਲ ਆਰੰਭ ਹੁੰਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਬਿਲਕੁਲ ਸਹੀ ਉੱਤਰ। 4 ਨੰਬਰ ਕੁਐਸਚਨ ਹੈ, ਖਾਲਸੇ ਦੀ ਸਾਜਨਾ ਹੋਈ, ਆਪਸ਼ਨ ਹੈ 1469 ਈਸਵੀ, ਬੀ 1604 ਈਸਵੀ, ਸੀ 1699 ਈਸਵੀ ਅਤੇ ਡੀ 1708 ਈਸਵੀ। ਸਹੀ ਉੱਤਰ ਕੁਐਸਚਨ ਨੰਬਰ 4 ਲਈ ਚੁਣੋ ਜੀ, ਖਾਲਸੇ ਦੀ ਸਾਜਨਾ ਹੋਈ 1699, ਜਿਨ੍ਹਾਂ ਦਾ ਆਂਸਰ ਬਿਲਕੁਲ ਸਹੀ ਉੱਤਰ ਹੈ। ਕੁਐਸਚਨ ਨੰਬਰ 5 ਦੇ ਵੱਲ ਵੱਧਦੇ ਹਾਂ ਜੀ, ਗੁਰ ਸ਼ਬਦ ਰਤਨਾਕਰ ਮਹਾਂਕੋਸ਼ ਦਾ ਕਰਤਾ ਹੈ, ਆਪਸ਼ਨ ਹੈ ਵਣਜਾਰਾ ਬੇਦੀ, ਬੀ ਗਿਆਨੀ ਲਾਲ ਸਿੰਘ, ਸੀ ਗੁਰਦੇਵ ਸਿੰਘ ਅਤੇ ਡੀ ਕਾਹਨ ਸਿੰਘ ਨਾਭਾ। ਕੁਐਸਚਨ ਨੰਬਰ 5 ਲਈ ਆਂਸਰ ਕਰੋ ਜੀ, 5 ਨੰਬਰ ਦੇ ਲਈ ਸਹੀ ਉੱਤਰ ਕਰਿਆ ਜਾਵੇ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਬਿਲਕੁਲ ਠੀਕ ਹੈ ਜੀ, ਕਾਹਨ ਸਿੰਘ ਨਾਭਾ ਜਿਨ੍ਹਾਂ ਦਾ ਆਂਸਰ ਆਇਆ ਹੈ। ਕੁਐਸਚਨ ਨੰਬਰ 6 ਦੇ ਵੱਲ ਵੱਧਦੇ ਹਾਂ, ਆਸਾ ਦੀ ਵਾਰ ਕਿਸ ਧੁਨੀ ਉੱਪਰ ਗਾਉਣ ਦਾ ਆਦੇਸ਼ ਹੈ? ਆਸਾ ਦੀ ਵਾਰ ਕਿਸ ਧੁਨੀ ਉੱਪਰ ਗਾਇਣ ਦਾ ਆਦੇਸ਼ ਹੈ? ਆਪਸ਼ਨ ਏ ਲੱਲਾ ਬਹਿਲੀਮਾ, ਬੀ ਟੁੰਡੇ ਸਰਾਜੇ ਦੀ, ਸੀ ਹਸਨਾ ਮਹਿਮਾ ਦੀ ਅਤੇ ਡੀ ਰਾਏ ਕਮਾਲ ਮੌਜ ਦੀ। ਇਹ ਪ੍ਰਸ਼ਨ ਵੀ ਹੋਇਆ ਹੈ ਰਿਪੀਟ, ਪਿਛਲੇ 2 ਪ੍ਰਸ਼ਨ ਪੇਪਰ ਜਿਹੜੇ ਆਪਾਂ ਕਰ ਚੁੱਕੇ ਹਾਂ ਉਹਨਾਂ ਦੇ ਵਿੱਚੋਂ ਹੀ। ਸੋ ਜਿਨ੍ਹਾਂ ਦਾ ਆਂਸਰ ਆ ਰਿਹਾ ਟੁੰਡੇ ਸਰਾਜੇ ਦੀ, ਬਿਲਕੁਲ ਸਹੀ ਉੱਤਰ ਆਪਸ਼ਨ ਬੀ। ਕੁਐਸਚਨ ਨੰਬਰ 7 ਦੇ ਵੱਲ ਵੱਧਦੇ ਹਾਂ ਜੀ, ਸ਼੍ਰੀ ਦਾਤੂ ਜੀ ਅਤੇ ਸ਼੍ਰੀ ਦਾਸੂ ਜੀ, ਹਾਂਜੀ ਸ਼੍ਰੀ ਦਾਸੂ ਜੀ ਅਤੇ ਸ਼੍ਰੀ ਦਾਤੂ ਜੀ ਦੇ ਪਿਤਾ ਦਾ ਨਾਮ ਦੱਸੋ। ਪਿਤਾ ਦਾ ਨਾਮ ਹੈ ਕੀ, ਪਿਤਾ ਦਾ ਨਾਮ ਹੈ, ਆਪਸ਼ਨ ਏ ਸ਼੍ਰੀ ਗੁਰੂ ਨਾਨਕ ਦੇਵ ਜੀ, ਬੀ ਸ਼੍ਰੀ ਗੁਰੂ ਅੰਗਦ ਦੇਵ ਜੀ, ਸੀ ਸ਼੍ਰੀ ਗੁਰੂ ਅਮਰਦਾਸ ਜੀ ਅਤੇ ਡੀ ਸ਼੍ਰੀ ਗੁਰੂ ਰਾਮਦਾਸ ਜੀ। ਕੁਐਸਚਨ ਨੰਬਰ 7 ਲਈ ਉੱਤਰ ਚੁਣਿਆ ਜਾਵੇ ਜੀ।
हाँ जी, 7 नंबर के लिए उत्तर चुनो। दातू अते दासू इन्हां दे पुत्र सन। बिल्कुल ठीक है, जेडे श्री गुरु अंगद देव जी आंसर कर रहे हैं ऑप्शन बी। क्वेश्चन नंबर 8, अष्टपदी रूप किस बाणी विच वरत्या गया है? ऑप्शन ए शब्द हजारी, बी जाप साहिब, सी सुखमणी साहिब ते डी कीर्तन सोहिला। क्वेश्चन नंबर 8 लई चुनो आंसर, किस बाणी दे विच वरत्या गया है अष्टपदी रूप। बिल्कुल सही उत्तर जेडे ऑप्शन सी दे नाल जा रहे हैं, सुखमणी साहिब। क्वेश्चन नंबर 9 दे वल वधदे हैं जी। सीरफी काव्य रूप किस सूफी कवि ने रचना की है? सीरफी काव्य रूप विच किस सूफी कवि ने रचना की है? ऑप्शन ए सुल्तान बाहू, बी बुल्ले शाह, सी शेख फरीद ते डी शाह हुसैन। हाँ जी, सीरफी काव्य रूप दे विच किस सूफी कवि ने रचना की है? सीरफी दे विच रचना की गई है सुल्तान बाहू दे द्वारा। ऑप्शन ए है बिल्कुल ठीक। क्वेश्चन नंबर 10, जन्म साखी हुंदी। ऑप्शन ए इतिहास, बी जीवनी, सी सफरनामा, डी नाटक। ये प्रश्न भी पिछले दो प्रश्न पेपर जिहड़े आपां कर चुके हैं उन्हां दे विचों ही होया है रिपीट। करो जी आंसर, जिन्हां दा आंसर आ रहा है जीवनी, जीवनी होवेगा सही उत्तर। क्वेश्चन नंबर 11 दे वल वधदे हां। पंजाबी साहित दा पितामा ते पहला सूफी कवि? ऑप्शन ए बुल्ले शाह, बी बाबा शेख फरीद जी, सी शाह हुसैन ते डी दमोदर। प्रश्न नंबर 11 दे लिए आंसर चुनो। 11 नंबर दे लिए सही उत्तर चुनिया जावे जी। हाँ जी, जे वल वधदे हां जी। हाँ जी, नेटवर्क इशू दा थोड़ा जा प्रॉब्लम जरूर हुई होनी क्योंकि विच एक कॉल आ गई सी। क्वेश्चन नंबर 12 दे वल वधदे हां जी। 12 नंबर क्वेश्चन, बुल्ले शाह दा मुरशद कौन सी? बुल्ले शाह दा मुरशद कौन सी? ऑप्शन ए शाह हुसैन, बी सुल्तान बाहू, सी शाह इनायत ते डी वजीद। प्रश्न नंबर 12 दे लिए आंसर करो जी। 12 नंबर लई सही उत्तर चुनिया जावे। हाँ जी, बुल्ले शाह दा मुरशद, बुल्ले शाह दा गुरु। बिल्कुल ठीक है जी, शाह इनायत जिन्हां ने आंसर करिया है ऑप्शन सी। क्वेश्चन नंबर 13, 13 नंबर, पीलू की मशहूरी किस किस्से नाल ज़्यादा हुई? ऑप्शन ए मिर्जा साहिबा, बी हीर रांझा, सी सस्सी पुन्नू, डी सोहनी महिवाल। क्वेश्चन नंबर 13 के लिए आंसर करो, पीलू की मशहूरी किस किस्से नाल ज़्यादा हुई? हाँ जी बिल्कुल ठीक है, मिर्जा साहिबा जिन्हां का आंसर आया है ऑप्शन ए, मिर्जा साहिबा नाल पीलू की मशहूरी सब तो ज़्यादा हुई। क्वेश्चन नंबर 14, 14 नंबर है जी, सूफी मत का संबंध किस धर्म नाल है? ऑप्शन ए हिंदू, बी सिख, सी ईसाई ते डी इस्लाम। प्रश्न नंबर 14 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਸੂਫੀ ਮਤ ਦਾ ਸੰਬੰਧ ਕਿਸ ਧਰਮ ਦੇ ਨਾਲ ਹੈ? ਬਿਲਕੁਲ ਠੀਕ ਹੈ, ਜਿਹੜੇ ਵੀ ਆਂਸਰ ਕਰ ਰਹੇ ਨੇ ਇਸਲਾਮ ਧਰਮ ਦੇ ਨਾਲ। ਕੁਐਸਚਨ ਨੰਬਰ 15 ਵੱਲ ਵੱਧਦੇ ਹਾਂ। ਹਾਸ਼ਮ ਨੇ ਕਿੱਸਾ ਸੱਸੀ ਪੁੰਨੂ ਦੀ ਰਚਨਾ ਕੀਤੀ? ਆਪਸ਼ਨ ਏ ਬੈਂਤ ਛੰਦ ਵਿੱਚ, ਬੀ ਕੋੜਾ ਛੰਦ ਵਿੱਚ, ਸੀ ਦਵਈਆ ਛੰਦ ਵਿੱਚ ਅਤੇ ਡੀ ਸੋਠਾ ਛੰਦ ਵਿੱਚ। ਕੁਐਸਚਨ ਨੰਬਰ 15 ਦੇ ਲਈ ਆਂਸਰ ਕਰੋ, 15 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। ਕਿਸ ਛੰਦ ਦੇ ਵਿੱਚ ਰਚਿਆ ਹਾਸ਼ਮ ਨੇ ਸੱਸੀ ਪੁੰਨੂ ਦਾ ਕਿੱਸਾ? ਹਾਂ ਜੀ, ਦਵਈਆ ਛੰਦ ਦੇ ਵਿੱਚ, ਜਿਨ੍ਹਾਂ ਦਾ ਆਂਸਰ ਆਪਸ਼ਨ ਸੀ ਆਇਆ ਹੈ ਬਿਲਕੁਲ ਸਹੀ ਉੱਤਰ। ਕੁਐਸਚਨ ਨੰਬਰ 16, ਕਿੱਸਾ ਸ਼ਬਦ ਕਿਸ ਭਾਸ਼ਾ ਦਾ ਹੈ? ਆਪਸ਼ਨ ਏ ਫਾਰਸੀ, ਬੀ ਯੂਨਾਨੀ, ਸੀ ਅਰਬੀ ਅਤੇ ਡੀ ਮਿਸ਼ਰੀ। ਕੁਐਸਚਨ ਨੰਬਰ 16 ਦੇ ਲਈ ਆਂਸਰ ਚੁਣੋ ਜੀ, ਕਿੱਸਾ ਸ਼ਬਦ ਕਿਸ ਭਾਸ਼ਾ ਦਾ ਹੈ? 16 ਨੰਬਰ ਦੇ ਲਈ ਆਂਸਰ ਕਰਿਆ ਜਾਵੇ। ਹਾਂਜੀ, ਕਿੱਸਾ ਸ਼ਬਦ ਹੈ
ਅਰਬੀ ਭਾਸ਼ਾ ਦਾ ਆਪਸ਼ਨ ਸੀ ਜਿਨ੍ਹਾਂ ਨੇ ਚੁਣਿਆ, ਸਭ ਦਾ ਬਿਲਕੁਲ ਸਹੀ ਉੱਤਰ। ਕੁਐਸਚਨ ਨੰਬਰ 17, ਕਿਸ ਕਿੱਸਾ ਨਾਇਕ ਨੇ ਇਸ਼ਕ ਦੀ ਖਾਤਰ ਕੰਨ ਪੜਵਾਏ? ਆਪਸ਼ਨ ਏ ਹੈ ਜੀ ਮਹੀਵਾਲ, ਬੀ ਪੁੰਨੂ, ਸੀ ਮਿਰਜ਼ਾ ਅਤੇ ਡੀ ਰਾਂਝਾ। ਕੁਐਸਚਨ ਨੰਬਰ 17 ਦੇ ਲਈ ਆਂਸਰ ਕਰੋ ਜੀ। 17 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ, ਕਿਸ ਕਿੱਸਾ ਨਾਇਕ ਨੇ ਇਸ਼ਕ ਦੀ ਖਾਤਰ ਕੰਨ ਪੜਵਾਏ? ਕੁਐਸਚਨ ਨੰਬਰ 17 ਦੇ ਲਈ ਆਂਸਰ। ਹਾਂਜੀ ਠੀਕ ਆ, ਜਿਹੜੇ ਵੀ ਆਂਸਰ ਕਰ ਰਹੇ ਨੇ ਜੀ ਆਪਸ਼ਨ ਡੀ ਰਾਂਝਾ, ਡੀ ਜਿਨ੍ਹਾਂ ਦਾ ਆਂਸਰ ਆਇਆ ਹੈ ਕੁਐਸਚਨ ਨੰਬਰ 17 ਦੇ ਲਈ ਸਹੀ ਉੱਤਰ ਹੋਵੇਗਾ ਜੀ। ਤੁਸੀਂ ਇੱਕ ਗਾਣਾ ਵੀ ਸੁਣਿਆ ਹੋਣਾ, ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾਂ ਪਾਈਆਂ, ਠੀਕ ਹੈ ਜੀ, ਤਾਂ ਕੰਨ ਪੜਵਾ ਕੇ ਹੀ ਮੁੰਦਰਾਂ ਪਾਈਆਂ ਜਾਣਗੀਆਂ। 17 ਨੰਬਰ ਲਈ ਜਿਨ੍ਹਾਂ ਨੇ ਵੀ ਆਂਸਰ ਆਪਸ਼ਨ ਡੀ ਚੁਣਿਆ ਹੈ ਬਿਲਕੁਲ ਸਹੀ ਉੱਤਰ। ਕੁਐਸਚਨ ਨੰਬਰ 18, ਕਿਸੇ ਵਿੱਚ ਪ੍ਰਧਾਨ ਰਸ ਵਜੋਂ ਵਰਤਿਆ ਜਾਂਦਾ ਹੈ? ਆਪਸ਼ਨ ਏ ਸ਼ਿੰਗਾਰ ਰਸ, ਬੀ ਵਿਪਤਸ ਰਸ, ਸੀ ਸ਼ਾਂਤ ਰਸ ਅਤੇ ਡੀ ਕਰਨਾ ਰਸ। ਕੁਐਸਚਨ ਨੰਬਰ 18 ਦੇ ਲਈ ਆਂਸਰ ਕਰਿਆ ਜਾਵੇ, ਕਿਸੇ ਦੇ ਵਿੱਚ ਪ੍ਰਧਾਨ ਰਸ ਵਜੋਂ ਕਿਸ ਨੂੰ ਵਰਤਿਆ ਜਾਂਦਾ ਹੈ, ਜਿਨ੍ਹਾਂ ਦਾ ਆਂਸਰ ਸ਼ਿੰਗਾਰ ਰਸ ਆ ਰਿਹਾ ਬਿਲਕੁਲ ਸਹੀ ਹੈ ਜੀ, ਆਪਸ਼ਨ ਏ। 19 ਨੰਬਰ ਕੁਐਸਚਨ ਹੈ ਜੀ, ਕਿੱਸੇ ਦਾ ਆਰੰਭ ਕਿਸ ਤੋਂ ਹੁੰਦਾ ਹੈ? ਆਪਸ਼ਨ ਏ ਰੋਮਾਂਸ ਤੋਂ, ਬੀ ਮੰਗਲਾਚਰਨ ਤੋਂ, ਸੀ ਨਾਇਕ ਦੀ ਸੁੰਦਰਤਾ ਤੋਂ ਅਤੇ ਡੀ ਪਿਆਰ ਤੋਂ। 19 ਨੰਬਰ ਕੁਐਸਚਨ ਲਈ ਆਂਸਰ ਕਰੋ, ਕਿੱਸੇ ਦਾ ਆਰੰਭ ਕਿਸ ਤੋਂ ਹੁੰਦਾ ਹੈ? ਕਿੱਸੇ ਦਾ ਆਰੰਭ ਹੁੰਦਾ ਜੀ ਮੰਗਲਾਚਰਨ ਤੋਂ, ਆਪਸ਼ਨ ਬੀ ਹੈ ਬਿਲਕੁਲ ਸਹੀ। 20 ਨੰਬਰ ਕੁਐਸਚਨ, ਪੰਜਾਬੀ ਵਿੱਚ ਪਹਿਲੀ ਬੀਰ ਰਸੀ ਵਾਰ ਕਿਹੜੀ ਹੈ ਜੀ? ਆਪਸ਼ਨ ਏ ਚੱਠਿਆਂ ਦੀ ਵਾਰ, ਬੀ ਚੰਡੀ ਦੀ ਵਾਰ, ਸੀ ਨਾਦਰ ਸ਼ਾਹ ਦੀ ਵਾਰ ਅਤੇ ਡੀ ਹਰੀ ਸਿੰਘ ਨਲਵੇ ਦੀ ਵਾਰ। ਇਹ ਵਾਲਾ ਪ੍ਰਸ਼ਨ ਵੀ ਰਿਪੀਟਡ ਹੈ ਜੀ, ਪਿਛਲੇ ਦੋ ਪੇਪਰ ਜਿਹੜੇ ਆਪਾਂ ਕਰਵਾ ਚੁੱਕੇ ਹਾਂ ਉਹਨਾਂ ਦੇ ਵਿੱਚ ਵੀ ਇਹ ਕੁਐਸਚਨ ਸੀਗਾ। ਸੋ ਬਿਲਕੁਲ ਠੀਕ ਹੈ, ਜਿਹੜੇ ਚੰਡੀ ਦੀ ਵਾਰ ਆਂਸਰ ਕਰ ਰਹੇ ਨੇ ਜੀ ਆਪਸ਼ਨ ਬੀ, ਉਸ 'ਚ ਕੁਐਸਚਨ ਕਿਸੇ ਹੋਰ ਤਰੀਕੇ ਨਾਲ ਪੁੱਛਿਆ ਗਿਆ ਸੀ। ਕੁਐਸਚਨ ਨੰਬਰ 21, ਵਾਰ ਕੀ ਹੈ? ਆਪਸ਼ਨ ਏ ਕਾਵ ਤੱਤ, ਬੀ ਕਾਵ ਨਾਟਕ, ਸੀ ਦ੍ਰਿਸ਼ ਨਾਟਕ ਅਤੇ ਡੀ ਕਾਵ ਰੂਪ। 21 ਨੰਬਰ ਲਈ ਆਂਸਰ ਕਰੋ, ਵਾਰ ਕੀ ਹੈ? ਹਾਂਜੀ ਵਾਰ ਹੈ ਜੀ ਕਾਵ ਰੂਪ, ਆਪਸ਼ਨ ਡੀ ਹੋਵੇਗਾ ਸਹੀ ਉੱਤਰ। 22 ਨੰਬਰ ਕੁਐਸਚਨ ਹੈ ਜੀ, ਵਾਰ ਨੂੰ ਲਿਖਿਆ ਜਾਂਦਾ ਹੈ? ਆਪਸ਼ਨ ਏ ਅਸ਼ਟਪਦੀਆਂ ਵਿੱਚ, ਬੀ ਸ਼ਲੋਕਾਂ ਵਿੱਚ, ਸੀ ਤੁੱਕਾਂ ਵਿੱਚ ਅਤੇ ਡੀ ਪੌੜੀਆਂ ਵਿੱਚ। ਹਾਂਜੀ ਦੇਖੋ ਪਿਛਲੇ ਪੇਪਰਾਂ ਦੇ ਕੁਐਸਚਨ ਕਿੰਨੇ ਰਿਪੀਟ ਹੁੰਦੇ ਨੇ, ਆ ਤਿੰਨ ਪੇਪਰ ਹਜੇ ਆਪਾਂ ਤੀਜਾ ਕਰਵਾ ਰਹੇ ਹਾਂ, ਇਹਨਾਂ ਦੇ ਵਿੱਚ ਹੀ ਤੁਸੀਂ ਕਿੰਨੇ ਰਿਪੀਟਡ ਕੁਐਸਚਨ ਦੇਖ ਲਏ ਆ, ਆਹ 20 ਰਿਪੀਟਡ ਕੁਐਸਚਨ ਹੈ, ਵਾਰ ਨੂੰ ਲਿਖਿਆ ਜਾਂਦਾ ਹੈ, ਪਰ ਪ੍ਰਸ਼ਨ ਪੁੱਛਣ ਦਾ ਤਰੀਕਾ ਬਦਲ ਜਾਂਦਾ ਬਸ, ਠੀਕ ਹੈ ਜੀ। ਬਿਲਕੁਲ ਠੀਕ ਹੈ, ਪੌੜੀਆਂ ਜਿਨ੍ਹਾਂ ਨੇ ਆਂਸਰ ਕਰਿਆ ਪੌੜੀਆਂ ਦੇ ਵਿੱਚ। ਕੁਐਸਚਨ ਨੰਬਰ 23, ਗੁਰਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ ਹੈ? ਆਪਸ਼ਨ ਏ ਭਾਈ ਸੰਤੋਖ ਸਿੰਘ, ਬੀ ਭਾਈ ਗੁਰਦਾਸ ਜੀ, ਸੀ ਭਾਈ ਵੀਰ ਸਿੰਘ ਜੀ ਅਤੇ ਡੀ ਗੁਰੂ ਗੋਬਿੰਦ ਸਿੰਘ ਜੀ। 23 ਨੰਬਰ ਦੇ ਲਈ ਆਂਸਰ ਕਰੋ, ਗੁਰਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ, ਹਾਂਜੀ ਭਾਈ ਸੰਤੋਖ ਸਿੰਘ ਜੀ ਨੇ ਇਸ ਦੇ ਕਰਤਾ। ਸੋ ਆਪਸ਼ਨ ਜਿਨ੍ਹਾਂ ਨੇ ਇਹ ਚੁਣਿਆ ਹੈ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 24, ਆਰਸੀ ਦਾ ਲੇਖਕ ਕੌਣ ਹੈ? ਹਾਂਜੀ ਆਰਸੀ ਪੁੱਛੀ ਗਈ ਸੀ, ਵਿਧਾ ਕੀ ਹੈ, ਅਤੇ ਇੱਥੇ ਆਰਸੀ ਦਾ ਲੇਖਕ ਪੁੱਛਿਆ ਹੈ। ਆਪਸ਼ਨ ਏ ਤੇਜਾ ਸਿੰਘ, ਬੀ ਬਾਬਾ ਬਲਵੰਤ, ਸੀ ਸਮੀਸ਼ਾ ਅਤੇ ਡੀ ਡਾਕਟਰ ਜਗਤਾਰ। ਹਾਂਜੀ ਪਿਛਲੇ ਪੇਪਰ ਜਿਹੜੇ ਦੋ ਆਪਾਂ ਕਰਵਾ ਚੁੱਕੇ ਹਾਂ ਉਹਨਾਂ 'ਚ ਆਰਸੀ ਦੀ ਵਿਧਾ ਪੁੱਛੀ ਸੀ। ਸੋ ਬਿਲਕੁਲ ਠੀਕ ਹੈ, ਜਿਹੜੇ ਵੀ ਆਂਸਰ ਕਰ ਰਹੇ ਨੇ ਤੇਜਾ ਸਿੰਘ। ਹਾਂਜੀ 24 ਨੰਬਰ ਦੇ ਲਈ ਜਿਨ੍ਹਾਂ ਨੇ ਆਂਸਰ ਆਪਸ਼ਨ ਏ ਕੀਤਾ ਹੈ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 25,
ਗੁਰੂ ਨਾਨਕ ਚਮਤਕਾਰ ਕਿਸ ਨੇ ਲਿਖਿਆ? ਆਪਸ਼ਨ ਏ ਪ੍ਰੋਫੈਸਰ ਮੋਹਨ ਸਿੰਘ, ਬੀ ਭਾਈ ਵੀਰ ਸਿੰਘ, ਸੀ ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਡੀ ਪ੍ਰੋਫੈਸਰ ਪੂਰਨ ਸਿੰਘ। 25 ਨੰਬਰ ਦੇ ਲਈ ਕਰੋ ਜੀ ਆਂਸਰ, 25 ਨੰਬਰ ਲਈ ਆਂਸਰ ਕਰੋ। ਗੁਰੂ ਨਾਨਕ ਚਮਤਕਾਰ ਦੀ ਰਚਨਾ ਹੈ? ਹਾਂਜੀ, ਜਿਨ੍ਹਾਂ ਦਾ ਆਂਸਰ ਆਪਸ਼ਨ ਬੀ ਆਇਆ, ਭਾਈ ਵੀਰ ਸਿੰਘ, ਬਿਲਕੁਲ ਸਹੀ ਉੱਤਰ। ਕੁਸ਼ਚਨ ਨੰਬਰ 26, ਸਵੈ ਜੀਵਨੀ ਹੁੰਦੀ ਹੈ। ਆਪਸ਼ਨ ਏ ਸਾਹਿਤ ਕੇਂਦਰਿਤ, ਬੀ ਪਾਠਕ ਕੇਂਦਰਿਤ, ਸੀ ਸਮਾਜ ਕੇਂਦਰਿਤ, ਡੀ ਆਤਮ ਕੇਂਦਰਿਤ। ਹਾਂਜੀ, ਇਹਦੇ ਨਾਲ ਦਾ ਵੀ ਇੱਕ ਕੁਸ਼ਚਨ ਸੀ ਜੀਵਨੀ ਅਤੇ ਸਵੈ ਜੀਵਨੀ ਦੇ ਵਿੱਚ ਅੰਤਰ, ਸ਼ਾਇਦ ਇਸ ਤਰ੍ਹਾਂ ਦਾ ਕੁਛ ਸੀ। ਅਤੇ ਕਰੋ ਜੀ ਆਂਸਰ 26 ਨੰਬਰ ਦੇ ਲਈ। ਹਾਂਜੀ, ਆਤਮ ਕੇਂਦਰਿਤ ਹੁੰਦੀ ਹੈ ਜੀ ਸਵੈ ਜੀਵਨੀ, ਬਿਲਕੁਲ ਸਹੀ ਉੱਤਰ ਹੈ। ਕੁਸ਼ਚਨ ਨੰਬਰ 27, ਧਰਤੀ ਹੇਠਲਾ ਬੋਲਦ ਕਹਾਣੀ ਦਾ ਲੇਖਕ ਹੈ। ਆਪਸ਼ਨ ਕੁਲਵੰਤ ਸਿੰਘ ਵਿਰਕ, ਬੀ ਕਰਤਾਰ ਸਿੰਘ ਦੁੱਗਲ, ਸੀ ਰਾਮ ਸਰੂਪ ਅਣਖੀ ਅਤੇ ਡੀ ਅਜੀਤ ਕੌਰ। ਕੁਸ਼ਚਨ ਨੰਬਰ 27 ਲਈ ਆਂਸਰ ਕਰੋ ਜੀ। ਧਰਤੀ ਹੇਠਲਾ ਬਲਦ ਕਹਾਣੀ ਦਾ ਲੇਖਕ ਪੁੱਛਿਆ ਹੈ। ਹਾਂਜੀ, ਕੁਲਵੰਤ ਸਿੰਘ ਵਿਰਕ ਜਿਨ੍ਹਾਂ ਦਾ ਆਂਸਰ ਆਇਆ ਹੈ ਆਪਸ਼ਨ ਏ, ਬਿਲਕੁਲ ਠੀਕ। ਕੁਸ਼ਚਨ ਨੰਬਰ 28, ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਵੰਨਗੀ ਹੈ। ਆਪਸ਼ਨ ਏ ਡਾਇਰੀ, ਬੀ ਨਿੱਕੀ ਕਹਾਣੀ, ਸੀ ਰੇਖਾ ਚਿੱਤਰ, ਡੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਇਹ ਵਾਲਾ ਰਿਪੀਟ ਕੁਸ਼ਚਨ ਹੈ, ਆਈ ਥਿੰਕ ਲੈਕਚਰਰ ਦੇ ਪੇਪਰ ਦੇ ਵਿੱਚ 16 ਦੇ ਵਿੱਚ ਪੁੱਛਿਆ ਸੀ। ਕਰਿਆ ਜਾਵੇ ਆਂਸਰ ਕੁਸ਼ਚਨ ਨੰਬਰ 28 ਦੇ ਲਈ। ਹਾਂਜੀ, ਨਿੱਕੀ ਕਹਾਣੀ ਹੈ ਜੀ ਆਧੁਨਿਕ ਸਮੇਂ ਦੀ ਹਰਮਨ ਪਿਆਰੀ ਸਾਹਿਤ ਵੰਨਗੀ। ਕੁਸ਼ਚਨ ਨੰਬਰ 29, ਕਹਾਣੀ ਵਿੱਚ ਗੌਂਦ ਤੋਂ ਕੀ ਭਾਵ ਹੈ? ਆਪਸ਼ਨ ਏ ਦ੍ਰਿਸ਼ਾਂ ਦੀ ਵਿਆਖਿਆ, ਬੀ ਘਟਨਾਵਾਂ ਦੀ ਤਰਤੀਬ, ਸੀ ਕਥਾ ਦੀ ਪਿੱਠ ਭੂਮੀ, ਡੀ ਤਿੰਨਾਂ ਵਿੱਚੋਂ ਕੋਈ ਵੀ ਨਹੀਂ। 29 ਨੰਬਰ ਲਈ ਆਂਸਰ ਕਰੋ ਜੀ। ਗੌਂਦ ਤੋਂ ਕੀ ਭਾਵ ਹੈ? ਗੌਂਦ ਤੋਂ ਭਾਵ ਹੈ ਜੀ ਘਟਨਾਵਾਂ ਦੀ ਤਰਤੀਬ। ਸੋ ਜਿਹੜੇ ਵੀ ਆਂਸਰ ਕਰ ਰਹੇ ਨੇ ਆਪਸ਼ਨ ਬੀ ਬਿਲਕੁਲ ਸਹੀ ਉੱਤਰ ਹੈ। ਕੁਸ਼ਚਨ ਨੰਬਰ 30 ਦੇ ਵੱਲ ਵੱਧਦੇ ਹਾਂ। ਇਕਾਂਗੀ ਨਾਟਕ ਵਿੱਚ ਕਿੰਨੇ ਅੰਗ ਹੁੰਦੇ ਹਨ? ਆਪਸ਼ਨ ਏ 1, ਬੀ ਡੇਢ, ਸੀ 2 ਅਤੇ ਡੀ 3। ਸਹੀ ਉੱਤਰ ਕੁਸ਼ਚਨ ਨੰਬਰ 30 ਦੇ ਲਈ ਕਰੋ ਜੀ। ਇਕਾਂਗੀ ਨਾਟਕ ਵਿੱਚ ਕਿੰਨੇ ਅੰਗ ਹੁੰਦੇ ਹਨ? ਇੱਕ ਅੰਗੀ, 2 ਸ਼ਬਦਾਂ ਤੋਂ ਇਕਾਂਗੀ, ਉਹਦੇ ਵਿੱਚ ਹੀ ਉਹਦਾ ਉੱਤਰ ਹੈ 1। ਬਿਲਕੁਲ ਠੀਕ ਹੈ, ਜਿਹੜੇ ਆਪਸ਼ਨ ਏ ਦੇ ਨਾਲ ਜਾ ਰਹੇ ਨੇ। ਕੁਸ਼ਚਨ ਨੰਬਰ 31, ਰਾਸਲੀਲਾ ਕਹਾਣੀ ਦਾ ਲੇਖਕ ਹੈ। ਆਪਸ਼ਨ ਏ ਨਾਨਕ ਸਿੰਘ, ਬੀ ਸੁਜਾਨ ਸਿੰਘ, ਸੀ ਗੁਰਚਰਨ ਸਿੰਘ ਜਸੂਜਾ ਅਤੇ ਡੀ ਗੁਰਦਿਆਲ ਸਿੰਘ ਕੋਸਲਾ। ਕੁਸ਼ਚਨ ਨੰਬਰ 31 ਦੇ ਲਈ ਆਂਸਰ ਕਰਿਆ ਜਾਵੇ ਜੀ। ਹਾਂਜੀ, ਰਾਸਲੀਲਾ ਕਹਾਣੀ ਦਾ ਲੇਖਕ, ਕਰੋ ਜੀ 31 ਨੰਬਰ ਦੇ ਲਈ ਸਹੀ ਉੱਤਰ। 31 ਦੇ ਲਈ ਜਿਹੜੇ ਵੀ ਆਪਸ਼ਨ ਬੀ ਦੇ ਨਾਲ ਜਾ ਰਹੇ ਨੇ ਬਿਲਕੁਲ ਸਹੀ ਉੱਤਰ ਹੋਵੇਗਾ ਜੀ, ਬਾਕੀ ਨੋਟ ਡਾਊਨ ਕਰਨ ਜੀ। ਸੁਜਾਨ ਸਿੰਘ ਦੀ ਰਚਨਾ ਹੈ। ਕੁਸ਼ਚਨ ਨੰਬਰ 32, ਗੁਲਬਾਨੋ ਕਹਾਣੀ ਦਾ ਲੇਖਕ ਹੈ। ਆਪਸ਼ਨ ਏ ਅਜੀਤ ਕੌਰ, ਬੀ ਅਮਰਤਾ ਪ੍ਰੀਤਮ, ਸੀ ਵੀਣਾ ਵਰਮਾ ਅਤੇ ਡੀ ਦਲੀਪ ਕੌਰ ਟਿਵਾਣਾ। ਕੁਸ਼ਚਨ ਨੰਬਰ 32 ਲਈ ਆਂਸਰ ਕਰੋ ਜੀ। ਗੁਲਬਾਨੋ ਕਹਾਣੀ ਦਾ ਲੇਖਕ ਜਾਂ ਲੇਖਿਕਾ, ਹਾਂਜੀ 32 ਨੰਬਰ ਲਈ, ਜਿਨ੍ਹਾਂ ਦਾ ਵੀ ਆਂਸਰ ਆਇਆ ਹੈ ਅਜੀਤ ਕੌਰ, ਆਪਸ਼ਨ ਏ ਬਿਲਕੁਲ ਸਹੀ ਉੱਤਰ ਹੈ। ਕੁਸ਼ਚਨ ਨੰਬਰ 33, ਜਸਵੰਤ ਸਿੰਘ ਕੰਵਲ ਕਿਸ ਪ੍ਰਵਿਰਤੀ ਨਾਲ ਸੰਬੰਧਿਤ ਹੈ? ਆਪਸ਼ਨ ਏ ਪ੍ਰਗਤੀਵਾਦੀ, ਬੀ ਸੁਧਾਰਵਾਦੀ, ਸੀ ਅਸਤਿਤਵਵਾਦੀ ਅਤੇ ਡੀ ਕੋਈ ਵੀ ਨਹੀਂ। ਜਸਵੰਤ ਸਿੰਘ ਕੰਵਲ ਦੀ
ਪ੍ਰਵਿਰਤੀ ਪੁੱਛੀ ਹੈ 33 ਨੰਬਰ ਦੇ ਲਈ ਸਹੀ ਉੱਤਰ ਚੁਣੋ ਜੀ। ਹਾਂਜੀ ਜਸਵੰਤ ਸਿੰਘ ਕੰਵਲ ਦੀ ਪ੍ਰਵਿਰਤੀ ਹੈ ਜੀ ਪ੍ਰਗਤੀਵਾਦੀ, ਆਪਸ਼ਨ ਏ ਸਹੀ ਉੱਤਰ ਹੋਵੇਗਾ। ਕੁਐਸਚਨ ਨੰਬਰ 34 ਵੱਲ ਵੱਧਦੇ ਹਾਂ ਜੀ। ਤੂਤਾਂ ਵਾਲਾ ਖੂਹ ਨਾਵਲ ਦਾ ਲੇਖਕ ਕੌਣ ਹੈ? ਆਪਸ਼ਨ ਏ ਨਾਨਕ ਸਿੰਘ, ਬੀ ਗੁਰਦਿਆਲ ਸਿੰਘ, ਸੀ ਸੋਹਣ ਸਿੰਘ ਸੀਤਲ ਅਤੇ ਡੀ ਦਲੀਪ ਕੌਰ ਟਿਵਾਣਾ। 34 ਨੰਬਰ ਕੁਐਸਚਨ ਦੇ ਲਈ ਆਂਸਰ ਕਰੋ। ਬਹੁਤ ਸਾਰੇ ਕੈਂਡੀਡੇਟ ਕਹਿ ਦਿੰਦੇ ਜੀ ਕਿ ਇਹ ਆਊਟ ਆਫ ਸਿਲੇਬਸ ਹੈ। ਦੇਖੋ ਜੀ ਆਊਟ ਆਫ ਸਿਲੇਬਸ ਵੀ ਪੁੱਛ ਲਏ ਜਾਂਦੇ ਆ, ਇਸ ਕਰਕੇ ਮਹੱਤਵਪੂਰਨ ਜਿਹੜੇ ਵਿਸ਼ੇ ਨੇ, ਜਿਹੜੀਆਂ ਰਚਨਾਵਾਂ ਨੇ, ਜਿਹੜੇ ਲੇਖਕ ਨੇ, ਉਹਨਾਂ ਦੇ ਨਾਲ ਸੰਬੰਧਿਤ ਕੁਐਸਚਨ ਜ਼ਰੂਰ ਕਰ ਲਿਆ ਕਰੋ, ਚਾਹੇ ਆਊਟ ਆਫ ਸਿਲੇਬਸ ਹੀ ਹੋਣ, ਕਿਉਂਕਿ ਬੋਰਡ ਆਊਟ ਆਫ ਸਿਲੇਬਸ ਵੀ ਕੁਐਸਚਨ ਪੁੱਛ ਲੈਂਦਾ ਜੀ ਕਈ ਵਾਰੀ। ਠੀਕ ਹੈ ਜੀ। ਸੋ 34 ਨੰਬਰ ਦੇ ਲਈ ਜਿਨ੍ਹਾਂ ਦਾ ਆਂਸਰ ਸੋਹਣ ਸਿੰਘ ਸੀਤਲ ਆਇਆ ਹੈ, ਆਪਸ਼ਨ ਸੀ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 35 ਵੱਲ ਵੱਧਦੇ ਹਾਂ। ਅੰਨੇ ਘੋੜੇ ਦਾ ਦਾਣ ਕਿਸ ਦੀ ਰਚਨਾ ਹੈ? ਆਪਸ਼ਨ ਹੈ ਅਜਮੇਰ ਔਲਖ, ਬੀ ਬਲਦੇਵ ਸਿੰਘ, ਸੀ ਗੁਰਦਿਆਲ ਸਿੰਘ ਅਤੇ ਡੀ ਰਾਮ ਸਰੂਪ ਅਣਖੀ। 35 ਨੰਬਰ ਕੁਐਸਚਨ ਦੇ ਲਈ ਆਂਸਰ ਕਰੋ ਜੀ। ਅੰਨੇ ਘੋੜੇ ਦਾ ਦਾਣ ਕਿਸ ਦੀ ਰਚਨਾ ਹੈ? ਕੁਐਸਚਨ ਨੰਬਰ 35 ਲਈ ਆਂਸਰ ਚੁਣੋ ਜੀ। ਬਿਲਕੁਲ ਠੀਕ ਆ, ਜਿਹੜੇ ਵੀ ਆਂਸਰ ਕਰ ਰਹੇ ਨੇ 35 ਨੰਬਰ ਦੇ ਲਈ, ਗੁਰਦਿਆਲ ਸਿੰਘ। ਅੰਨੇ ਘੋੜੇ ਦਾ ਦਾਣ ਗੁਰਦਿਆਲ ਸਿੰਘ ਦੀ ਰਚਨਾ ਹੈ। ਕੁਐਸਚਨ ਨੰਬਰ 36 ਵੱਲ ਵੱਧਦੇ ਹਾਂ। ਪਵਿੱਤਰ ਪਾਪੀ ਇੱਕ ਕਹਾਣੀ ਹੈ, ਨਾਟਕ ਹੈ, ਇਕਾਂਗੀ ਹੈ ਜਾਂ ਨਾਵਲ ਹੈ? ਪਵਿੱਤਰ ਪਾਪੀ ਦੀ ਵਿਧਾ ਪੁੱਛੀ ਗਈ ਹੈ। ਕੁਐਸਚਨ ਨੰਬਰ 36 ਦੇ ਲਈ ਸਹੀ ਉੱਤਰ ਚੁਣੋ ਜੀ। ਹਾਂਜੀ 36 ਨੰਬਰ ਦੇ ਲਈ ਜਿਹੜੇ ਵੀ ਆਪਸ਼ਨ ਡੀ ਦੇ ਨਾਲ ਜਾ ਰਹੇ ਨੇ, ਬਿਲਕੁਲ ਠੀਕ ਹੈ ਜੀ। ਪਵਿੱਤਰ ਪਾਪੀ ਇੱਕ ਨਾਵਲ ਹੈ, ਬਿਲਕੁਲ ਠੀਕ ਹੈ ਡੀ ਆਪਸ਼ਨ। ਕੁਐਸਚਨ ਨੰਬਰ 37 ਨੰਬਰ ਹੈ ਜੀ, ਕਿਹੜੀ ਰਚਨਾ ਨਾਵਲ ਹੈ? ਆਪਸ਼ਨ ਏ ਪ੍ਰਤਾਪੀ, ਬੀ ਨਾਨਕ ਮਤਾ ਆਉਣਾ ਸੀ ਇੱਥੇ, ਅਤੇ ਸੀ ਧਰਤੀਆਂ ਦੇ ਗੀਤ, ਡੀ ਬਦਰੰਗ। 37 ਨੰਬਰ ਲਈ ਆਂਸਰ ਕਰੋ ਜੀ। ਹਾਂਜੀ 37 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ, ਕਿਹੜੀ ਰਚਨਾ ਨਾਵਲ ਹੈ? ਪ੍ਰਤਾਪੀ ਇਹਨਾਂ ਦੇ ਵਿੱਚੋਂ ਨਾਵਲ ਹੈ। ਸੋ ਜਿਨ੍ਹਾਂ ਨੇ ਆਂਸਰ ਕਰਿਆ ਹੈ ਆਪਸ਼ਨ ਏ, ਬਿਲਕੁਲ ਸਹੀ ਉੱਤਰ ਏ। ਕੁਐਸਚਨ ਨੰਬਰ 38 ਦੇ ਵੱਲ ਵੱਧਦੇ ਹਾਂ ਜੀ। 38 ਨੰਬਰ ਕੁਐਸਚਨ ਹੈ ਜੀ, ਕਿਸ ਨਾਵਲ ਉੱਪਰ ਪੰਜਾਬੀ ਫਿਲਮ ਬਣੀ ਹੈ? ਆਪਸ਼ਨ ਏ ਚਿੱਟਾ ਲਹੂ, ਨਾਨਕ ਸਿੰਘ, ਬੀ ਮੜੀ ਦਾ ਦੀਵਾ ਗੁਰਦਿਆਲ ਸਿੰਘ, ਸੀ ਪੂਰਨਮਾਸ਼ੀ ਜਸਵੰਤ ਸਿੰਘ ਕੰਵਲ, ਡੀ ਹੈ ਜੀ ਲਹਿਰ ਵੱਧਦੀ ਗਈ ਕੇਸਰ ਸਿੰਘ। ਸਹੀ ਉੱਤਰ ਕੁਐਸਚਨ ਨੰਬਰ 38 ਲਈ, 38 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਹਾਂਜੀ 38 ਦੇ ਲਈ ਕਿਹੜੇ ਨਾਵਲ 'ਤੇ ਫਿਲਮ ਬਣੀ? ਬਿਲਕੁਲ ਠੀਕ ਹੈ, ਜਿਹੜੇ ਮੜੀ ਦਾ ਦੀਵਾ ਆਂਸਰ ਕਰ ਰਹੇ ਨੇ ਜੀ, ਆਪਸ਼ਨ ਬੀ ਮੜੀ ਦਾ ਦੀਵਾ 'ਤੇ ਫਿਲਮ। ਕੁਐਸਚਨ ਨੰਬਰ 39, ਪੰਜਾਬੀ ਗਲਪ ਦਾ ਮੋਢੀ ਹੈ? ਆਪਸ਼ਨ ਏ ਪੰਜਾਬੀ ਗਲਪ ਦਾ ਮੋਢੀ ਹੈ। ਆਪਸ਼ਨ ਏ ਗੁਰਮੁਖ ਸਿੰਘ ਮੁਸਾਫਿਰ, ਬੀ ਪ੍ਰੋਫੈਸਰ ਪੂਰਨ ਸਿੰਘ, ਸੀ ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਡੀ ਭਾਈ ਵੀਰ ਸਿੰਘ। ਕੁਐਸਚਨ ਨੰਬਰ 39 ਦੇ ਲਈ ਆਂਸਰ ਕਰਿਆ ਜਾਵੇ ਜੀ। ਹਾਂਜੀ 39 ਨੰਬਰ ਦੇ ਲਈ ਆਂਸਰ ਕਰਿਆ ਜਾਵੇ, ਪੰਜਾਬੀ ਗਲਪ ਦਾ ਮੋਢੀ।
ਬਿਲਕੁਲ ਠੀਕ ਹੈ ਜੀ, ਭਾਈ ਵੀਰ ਸਿੰਘ ਜਿਨ੍ਹਾਂ ਦਾ ਆਂਸਰ ਆ ਰਿਹਾ ਆਪਸ਼ਨ ਡੀ। ਇਸ ਤੋਂ ਪਿਛਲਾ ਕੁਐਸਚਨ ਸੀ, ਅੱਛਾ ਕਿਸ ਨਾਵਲ ਉੱਤੇ ਫਿਲਮ ਬਣੀ ਮੜੀ ਦਾ ਦੀਵਾ, ਠੀਕ ਹੈ। ਇਸ ਤੋਂ ਇਲਾਵਾ ਇੱਕ ਆਹ ਕੁਐਸਚਨ ਸੀ, ਕਿਹੜੀ ਰਚਨਾ ਨਾਵਲ ਹੈ, ਇਹਦੇ ਵਿੱਚ ਆਂਸਰ ਪ੍ਰਤਾਪੀ ਸੀ। ਪ੍ਰਤਾਪੀ ਨਾਵਲ 'ਤੇ ਵੀ ਨਾ ਜੀ ਫਿਲਮ ਬਣੀ ਹੈ, ਅਤੇ ਆਈ ਥਿੰਕ ਇਹ ਰਾਮ ਸਰੂਪ ਅਣਖੀ ਦਾ ਨਾਵਲ ਹੈ। ਕੁਐਸਚਨ ਨੰਬਰ 40, ਨਾਵਲ ਮਹਾਂਕਾਵਿ ਦਾ ਆਧੁਨਿਕ ਗੋਂਦ ਰੂਪ ਹੈ, ਬੀ ਨਿੱਕੀ ਕਹਾਣੀ ਦਾ ਵਿਸਤ੍ਰਿਤ ਬਿਰਤਾਂਤ ਰੂਪ ਹੈ, ਸੀ ਮਨੁੱਖ ਦੇ ਸੁਪਨਿਆਂ ਅਤੇ ਪ੍ਰਸਥਿਤੀਆਂ ਦੇ ਲੰਮੇ ਤਣਾਅ ਨੂੰ ਚਿਤਰਨ ਵਾਲਾ ਵਾਰਤਕ ਬਿਰਤਾਂਤ ਹੈ, ਅਤੇ ਡੀ ਜ਼ਿੰਦਗੀ ਦੇ ਨਿੱਤ ਨਵੇਂ ਸਮਾਚਾਰ ਨੂੰ ਬਿਆਨਣ ਵਾਲਾ ਰੂਪ ਹੈ। ਕਰੋ ਜੀ ਆਂਸਰ ਕੁਐਸਚਨ ਨੰਬਰ 40 ਦੇ ਲਈ, ਨਾਵਲ ਕੀ ਹੈ? ਹਾਂਜੀ ਨਾਵਲ ਕੀ ਹੈ, ਆਂਸਰ ਕਰਿਆ ਜਾਵੇ 40 ਨੰਬਰ ਦੇ ਲਈ। ਚਾਲੀ ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆਇਆ ਜੀ, ਮਨੁੱਖ ਦੇ ਸੁਪਨਿਆਂ ਅਤੇ ਪ੍ਰਸਥਿਤੀਆਂ ਦੇ ਲੰਮੇ ਤਣਾਅ ਨੂੰ ਚਿਤਰਨ ਵਾਲਾ ਵਾਰਤਕ ਬਿਰਤਾਂਤ ਹੈ, ਸੋ ਨਾਵਲ ਹੈ, ਸੀ ਆਪਸ਼ਨ ਕੁਰੈਕਟ। ਕੁਐਸਚਨ ਨੰਬਰ 41 ਹੈ ਜੀ, ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਹੈ? ਆਪਸ਼ਨ ਏ ਪ੍ਰੇਮ ਲਗਨ, ਬੀ ਚਿੱਟਾ ਲਹੂ, ਸੀ ਪਿਓ ਪੁੱਤਰ, ਅਤੇ ਡੀ ਸੁੰਦਰੀ। ਪਹਿਲਾ ਮੌਲਿਕ ਨਾਵਲ ਪੁੱਛਿਆ ਹੈ, ਸੋ ਧਿਆਨਪੂਰਵਕ ਆਂਸਰ ਕਰਿਆ ਜਾਵੇ ਮੌਲਿਕ ਨਾਵਲ। 41 ਨੰਬਰ ਦੇ ਲਈ ਜਿਨ੍ਹਾਂ ਦਾ ਆਂਸਰ ਆਇਆ ਹੈ ਸੁੰਦਰੀ, ਭਾਈ ਵੀਰ ਸਿੰਘ ਜੀ ਦਾ 1898 'ਚ ਪ੍ਰਕਾਸ਼ਿਤ। ਕੁਐਸਚਨ ਨੰਬਰ 42, 42 ਨੰਬਰ, ਪੰਜਾਬੀ ਦਾ ਪਹਿਲਾ ਨਾਟਕਕਾਰ ਕੌਣ ਹੈ? ਆਪਸ਼ਨ ਏ ਹਰਚਰਨ ਸਿੰਘ, ਬੀ ਈਸ਼ਵਰ ਚੰਦਰ ਨੰਦਾ, ਸੀ ਭਾਈ ਮੋਹਨ ਸਿੰਘ ਵੈਦ, ਅਤੇ ਡੀ ਸੁਰਜੀਤ ਸਿੰਘ ਸੇਠੀ। ਪਹਿਲਾ ਨਾਟਕਕਾਰ ਪੁੱਛਿਆ ਜੀ ਪੰਜਾਬੀ ਦਾ, ਸਹੀ ਉੱਤਰ ਕੁਐਸਚਨ ਨੰਬਰ 42 ਦੇ ਲਈ ਕਰਿਆ ਜਾਵੇ ਜੀ, ਆਈ ਸੀ ਨੰਦਾ, ਈਸ਼ਵਰ ਚੰਦਰ ਨੰਦਾ ਜਿਨ੍ਹਾਂ ਦਾ ਆਂਸਰ ਆਇਆ ਹੈ ਆਪਸ਼ਨ ਬੀ, ਸਭ ਦਾ ਬਿਲਕੁਲ ਠੀਕ। ਕੁਐਸਚਨ ਨੰਬਰ 43, 43 ਨੰਬਰ ਹੈ ਜੀ, ਨਾਟਕ ਵਿੱਚ ਬਾਕੀ ਸਾਹਿਤ ਰੂਪਾਂ ਨਾਲੋਂ ਕਿਹੜਾ ਵੱਖਰਾ ਤੱਤ ਹੈ? ਆਪਸ਼ਨ ਏ ਪਾਤਰ, ਬੀ ਦੁਖਾਂਤ, ਸੀ ਰੰਗਮੰਚ, ਅਤੇ ਡੀ ਨਾਇਕ। 43 ਨੰਬਰ ਦੇ ਲਈ ਆਂਸਰ ਕਰੋ ਜੀ। ਹਾਂਜੀ ਨਾਟਕ ਵਿੱਚ ਇਕਾਂਗੀ ਵਿੱਚ ਵੀ ਕਈ ਵਾਰੀ ਪੁੱਛ ਲੈਂਦੇ ਆ, ਸੋ ਜਿਹੜੇ ਵੀ ਆਂਸਰ ਕਰ ਰਹੇ ਨੇ ਆਪਸ਼ਨ ਸੀ ਰੰਗਮੰਚ ਬਿਲਕੁਲ ਸਹੀ ਉੱਤਰ ਹੋਵੇਗਾ। 44 ਨੰਬਰ ਕੁਐਸਚਨ ਏ ਲੋਹਾਕੁੱਟ ਨਾਟਕ ਦਾ ਲੇਖਕ ਹੈ? ਆਪਸ਼ਨ ਏ ਆਈ ਸੀ ਨੰਦਾ, ਬੀ ਹਰਚਰਨ ਸਿੰਘ, ਸੀ ਬਲਵੰਤ ਗਾਰਗੀ, ਡੀ ਕਪੂਰ ਸਿੰਘ ਘੁੰਮਣ। ਕੁਐਸਚਨ ਨੰਬਰ 44 ਦੇ ਲਈ ਆਂਸਰ ਕਰੋ, ਲੋਹਾਕੁੱਟ ਕਿਸ ਦਾ ਨਾਟਕ ਹੈ? ਆਂਸਰ ਕਰਿਆ ਜਾਵੇ 44 ਦੇ ਲਈ। ਹਾਂਜੀ ਬਲਵੰਤ ਗਾਰਗੀ ਜਿਨ੍ਹਾਂ ਦਾ ਵੀ ਆਂਸਰ ਆਇਆ ਹੈ ਬਿਲਕੁਲ ਸਹੀ ਉੱਤਰ ਜੀ, ਬਲਵੰਤ ਗਾਰਗੀ ਦਾ ਇਹ ਨਾਟਕ ਹੈ ਲੋਹਾਕੁੱਟ। ਕੁਐਸਚਨ ਨੰਬਰ 45, ਪੰਜਾਬੀ ਨਾਟਕ ਦੀ ਨੱਕੜ ਦਾਦੀ ਕੌਣ ਹੈ? ਆਪਸ਼ਨ ਏ ਨੌਰਾ ਰਿਚਰਡ, ਬੀ ਅਜੀਤ ਕੌਰ, ਸੀ ਦਲੀਪ ਕੌਰ ਟਿਵਾਣਾ, ਡੀ ਅੰਮ੍ਰਿਤਾ ਪ੍ਰੀਤਮ। ਕੁਐਸਚਨ ਨੰਬਰ 45 ਲਈ ਆਂਸਰ ਕਰੋ ਜੀ। ਹਾਂਜੀ 45 ਨੰਬਰ ਦੇ ਲਈ, 45 ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ ਨੌਰਾ ਰਿਚਰਡ ਜਿਨ੍ਹਾਂ ਦਾ ਆਂਸਰ ਬਿਲਕੁਲ ਠੀਕ। ਕੁਐਸਚਨ ਨੰਬਰ 46, 46 ਨੰਬਰ, ਪੰਜਾਬੀ ਨਾਟਕ ਨੂੰ ਪਿੰਡ ਪੱਧਰ ਤੱਕ ਲੈ ਜਾਣ ਵਾਲਾ ਨਾਟਕਕਾਰ ਹੈ? ਆਪਸ਼ਨ ਏ ਅਜਮੇਰ ਸਿੰਘ ਔਲਖ, ਬੀ ਆਤਮਜੀਤ, ਸੀ ਗੁਰਸ਼ਰਨ ਸਿੰਘ, ਅਤੇ ਡੀ ਕਪੂਰ ਸਿੰਘ ਘੁੰਮਣ। 46 ਨੰਬਰ ਦੇ ਲਈ ਆਂਸਰ ਕਰਿਆ ਜਾਵੇ ਜੀ।
ਪਿੰਡ ਪੱਧਰ ਤੱਕ ਲੈ ਜਾਣ ਵਾਲਾ ਨਾਟਕਕਾਰ ਕਿਹੜਾ ਹੈ ਜੀ? ਪੰਜਾਬੀ ਨਾਟਕ ਨੂੰ ਬਿਲਕੁਲ ਠੀਕ ਹੈ, ਜਿਹੜੇ ਗੁਰਸ਼ਰਨ ਸਿੰਘ ਆਂਸਰ ਕਰ ਰਹੇ ਨੇ ਆਪਸ਼ਨ ਸੀ। ਕੁਸ਼ਚਨ ਨੰਬਰ 47, 47 ਨੰਬਰ, ਰੇਖਾ ਚਿੱਤਰ ਕਿਸੇ ਦੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਹੁੰਦਾ ਹੈ, ਕੀ ਹੁੰਦਾ ਹੈ? ਆਪਸ਼ਨ ਹੈ ਅਧਿਐਨ, ਬੀ ਕਲਾਤਮਕ ਬਿਆਨ, ਸੀ ਕ੍ਰਮਵਾਰ ਬਿਆਨ ਅਤੇ ਡੀ ਸਿੱਧਾ ਬਿਆਨ। ਪ੍ਰਸ਼ਨ ਡਿਟੋ ਕਾਪੀ ਹੋਇਆ, ਪਿਛਲੇ ਪ੍ਰਸ਼ਨ ਜਿਹੜੇ ਪ੍ਰਸ਼ਨ ਪੇਪਰ ਆਪਾਂ ਕਰ ਚੁੱਕੇ ਹਾਂ, ਪ੍ਰਸ਼ਨ ਪੱਤਰ 2016 ਪੰਜਾਬੀ ਲੈਕਚਰ ਅਤੇ ਪੰਜਾਬੀ ਮਾਸਟਰ ਕੈਡਰ ਉਹਨਾਂ ਦੇ ਵਿੱਚੋਂ ਹੀ। ਹਾਂਜੀ ਬਿਲਕੁਲ ਠੀਕ ਹੈ ਜੀ, ਕਲਾਤਮਕ ਬਿਆਨ ਆਪਸ਼ਨ ਬੀ ਆਂਸਰ ਬਿਲਕੁਲ ਸਹੀ ਹੋਵੇਗਾ। 48 ਨੰਬਰ ਕੁਸ਼ਚਨ ਹੈ, ਬਾਲ ਮਨੋਵਿਗਿਆਨ ਨਾਲ ਕਿਹੜੀ ਕਹਾਣੀ ਸੰਬੰਧਿਤ ਹੈ? ਆਪਸ਼ਨ ਹੈ ਦੁੱਧ ਦਾ ਛੱਪੜ, ਬੀ ਕੁਲਫੀ, ਸੀ ਮੰਗੋ ਅਤੇ ਡੀ ਕੋਈ ਇੱਕ ਸਵਾਰ। 48 ਨੰਬਰ ਲਈ ਆਂਸਰ ਕਰੋ ਜੀ, 48 ਨੰਬਰ ਦੇ ਲਈ ਆਂਸਰ ਕਰਿਆ ਜਾਵੇ ਜੀ। ਹਾਂਜੀ 48 ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆਇਆ ਹੈ ਕੁਲਫੀ ਕਹਾਣੀ, ਬਿਲਕੁਲ ਸਹੀ ਉੱਤਰ ਹੋਵੇਗਾ ਜੀ, ਕੁਲਫੀ ਕਹਾਣੀ ਆਪਸ਼ਨ ਬੀ। 49 ਨੰਬਰ ਕੁਸ਼ਚਨ ਦੇ ਵੱਲ ਵੱਧਦੇ ਹਾਂ, ਆਲੋਚਨਾ ਹੁੰਦੀ ਹੈ। ਆਪਸ਼ਨ ਏ ਰਚਨਾ ਕੇਂਦਰਿਤ, ਬੀ ਪਾਠਕ ਕੇਂਦਰਿਤ, ਸੀ ਸਮਾਜ ਕੇਂਦਰਿਤ ਅਤੇ ਡੀ ਆਤਮ ਕੇਂਦਰਿਤ। ਪ੍ਰਸ਼ਨ ਨੰਬਰ 49 ਦੇ ਲਈ ਆਂਸਰ ਕਰਿਆ ਜਾਵੇ ਜੀ, 49 ਨੰਬਰ ਦੇ ਲਈ ਸਹੀ ਉੱਤਰ ਚੁਣੋ ਜੀ, ਆਲੋਚਨਾ ਪੁੱਛਿਆ ਜੀ, ਠੀਕ ਹੈ ਜੀ, ਸੋ ਧਿਆਨ ਪੂਰਵਕ ਆਂਸਰ ਕਰਿਆ ਜਾਵੇ। ਹਾਂਜੀ ਆਲੋਚਨਾ ਹੁੰਦੀ ਹੈ ਜੀ ਰਚਨਾ ਕੇਂਦਰਿਤ, ਕਿਉਂਕਿ ਕੋਈ ਵੀ ਰਚਨਾ ਨੂੰ ਧਿਆਨ ਨਾਲ ਵਾਚਿਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ। ਕੁਸ਼ਚਨ ਨੰਬਰ 50 ਦੇ ਵੱਲ ਵੱਧਦੇ ਹਾਂ ਜੀ, ਪੰਜਾਬੀ ਸਾਹਿਤ ਦਾ ਮੁੱਢ ਬੱਜਾ। ਆਪਸ਼ਨ ਏ 11ਵੀਂ 12ਵੀਂ ਸਦੀ, ਬੀ 12ਵੀਂ 13ਵੀਂ ਸਦੀ ਅਤੇ ਸੀ 14ਵੀਂ 15ਵੀਂ ਸਦੀ ਅਤੇ ਡੀ 8ਵੀਂ 9ਵੀਂ ਸਦੀ ਤੋਂ। 50 ਨੰਬਰ ਦੇ ਲਈ ਆਂਸਰ ਕਰੋ ਜੀ, 2016 ਦੇ ਵਿੱਚ ਵੀ ਇਹ ਕੁਸ਼ਚਨ ਆਇਆ ਸੀ ਅਤੇ 17 ਦੇ ਵਿੱਚ ਵੀ ਇਹ ਰਿਪੀਟ ਹੋਇਆ ਹੈ, ਅਤੇ 17 ਦੇ ਵਿੱਚ ਇਸਦਾ ਗ੍ਰੇਸ ਮਾਰਕ ਦਿੱਤਾ ਗਿਆ ਸੀ। ਹਾਂਜੀ ਕੋਈ ਵੀ ਆਂਸਰ ਸਹੀ ਨਹੀਂ ਕੀਤਾ ਗਿਆ ਇਸ ਪੇਪਰ ਦੇ ਵਿੱਚ, ਇੱਕ ਗ੍ਰੇਸ ਨੰਬਰ ਦੇ ਕੇ ਇਹ ਪੇਪਰ ਦੀ ਆਂਸਰ ਕੀ ਜਾਰੀ ਕੀਤੀ ਗਈ ਸੀ। ਸੋ ਆਂਸਰ ਹੋਵੇਗਾ ਆਪਸ਼ਨ ਡੀ, ਡੀ ਆਂਸਰ ਹੋਵੇਗਾ ਜੀ, ਚਾਹੇ ਬੋਰਡ ਨੇ ਕੋਈ ਆਂਸਰ ਨਹੀਂ ਕੀਤਾ, ਪਰ ਆਂਸਰ 8ਵੀਂ 9ਵੀਂ ਸਦੀ ਬਿਲਕੁਲ ਸਹੀ ਹੋਵੇਗਾ। ਸੋ ਅੱਜ ਪਹਿਲੇ ਭਾਗ ਦੇ ਵਿੱਚ ਆਪਾਂ 1 ਨੰਬਰ ਤੋਂ ਲੈ ਕੇ 50 ਨੰਬਰ ਕੁਸ਼ਚਨ ਤੱਕ ਡਿਸਕਸ ਕਰ ਲਏ ਆ, ਪੰਜਾਬੀ ਮਾਸਟਰ ਕੈਡਰ 2017 ਦੇ ਵਿੱਚ ਜਿਹੜਾ ਹੋਇਆ। ਬਾਕੀ 51 ਤੋਂ 100 ਤੱਕ ਆਪਾਂ ਦੂਜੇ ਅਤੇ 101 ਤੋਂ 150 ਤੱਕ ਤੀਜੇ ਭਾਗ ਦੇ ਵਿੱਚ ਕਵਰ ਕਰਾਂਗੇ। ਸੋ ਅੱਜ ਦੀ ਕਲਾਸ ਹੁੰਦੀ ਜੀ ਇੱਥੇ ਸਮਾਪਤ, ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਓ, ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ, ਕਿਉਂਕਿ ਤੁਹਾਡੇ ਲਾਈਕ ਐਂਡ ਸ਼ੇਅਰ ਨਾਲ ਮੋਟੀਵੇਸ਼ਨ ਮਿਲਦਾ ਹੈ ਅਤੇ ਹੋਰ ਵਧੀਆ ਕੰਮ ਕਰਨ ਦਾ, ਹਾਂਜੀ ਹੋਰ ਵਧੀਆ ਕੰਮ ਕਰਨ ਨੂੰ ਮੋਟੀਵੇਟ ਹੁੰਦੇ ਰਹਿੰਦੇ ਹਾਂ। ਸੋ ਥੈਂਕ ਯੂ ਸੋ ਮੱਚ ਸਭ ਦਾ, ਬਹੁਤ ਬਹੁਤ ਧੰਨਵਾਦ ਜੀ, ਬਾਏ ਬਾਏ, ਟੇਕ ਕੇਅਰ, ਗੁੱਡ ਨਾਈਟ, ਸਵੀਟ ਡ੍ਰੀਮਸ।